ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਜਿਹੜੀ ਅੱਜ ਨਵੀਂ ਵੀਡੀਓ ਆਈ ਜੀ, ਚੈੱਕ ਕਰੋ ਜੀ, ਅਰਜਨ 605 DA। ਆਪਾਂ ਇਹਦੇ ਜੀ ਐਕਸਟਰਾ ਪੰਪ ਲਾਇਆ ਟਰਾਲੀ ਵਾਸਤੇ, ਲੋਡਰ ਵਾਸਤੇ। ਅਤੇ ਲਾਇਆ ਕਿੱਥੇ ਆ? ਲਾਇਆ ਆਪਾਂ ਅੱਗੇ ਜੀ ਫਰੰਟ 'ਚ ਚੁੱਲ੍ਹੇ ਦੇ ਵਿੱਚ, ਕਰਿੰਕ ਦੇ ਸਾਹਮਣੇ ਬਿਲਕੁਲ। ਅਤੇ ਕੋਈ ਕਰੋਸ ਨਹੀਂ ਪਾਇਆ ਜੀ, ਕੋਈ ਬੈਲਟ ਨਹੀਂ ਪਾਈ ਗਈ। ਅਤੇ ਬਾਕੀ ਟੈਂਕੀ ਲਾਈ ਆ, ਬਾਈਆਂ ਦਾ ਕੰਮ ਚੱਲਦਾ, ਲੋਡਰ ਵਗੈਰਾ 'ਤੇ ਵੀ ਚਲਾਉਂਦੇ ਨੇ, ਟਰਾਲੀ 'ਤੇ ਵੀ ਚਲਾਉਂਦੇ ਨੇ। ਟੈਂਕੀ ਲੱਗ ਗਈ, ਫਿਲਟਰ ਲੱਗ ਗਿਆ ਜੀ, ਅਤੇ ਬਾਕੀ ਪਾਈਪਲਾਈਨ ਲੱਗ ਗਈ, ਫਿਟਿੰਗ ਡਿਸਟਰੀਬਿਊਟਰ ਲੱਗਿਆ ਜੀ ਪਿੱਛੇ, ਅਤੇ ਡਬਲ ਡਿਸਟਰੀਬਿਊਟਰ ਹੈ। ਮੰਨ ਕੇ ਚਲੋ ਜੀ, ਇਹ ਲੋਡਰ 'ਤੇ ਪੂਰਾ ਕੰਮ ਦਿੰਦਾ, ਟਰਾਲੀ 'ਤੇ ਪੂਰਾ ਕੰਮ ਦਿੰਦਾ। ਅਤੇ ਜੈਕ ਤੁਸੀਂ ਦੇਖ ਸਕਦੇ ਹੋ ਲੱਗਿਆ ਲੋਡਰ ਦਾ। ਦੂਸਰੀ ਸਾਈਡ ਜਿਹੜੀ ਫਿਟਿੰਗ ਹੈ ਜੀ, ਉਹ ਦੇਖ ਸਕਦੇ ਹੋ ਤੁਸੀਂ, ਪੰਪ ਇੰਦਰੋਂ ਥੋੜ੍ਹਾ ਸਾ ਜ਼ਿਆਦਾ ਦਿੰਦਾ। ਅੱਗੇ ਲੱਗਿਆ ਕਰਿੰਕ ਦੇ ਮੂਹਰੇ, ਅਤੇ ਬਿਲਕੁਲ ਗਰਾਰੀ ਸਿਸਟਮ ਲਾਇਆ ਜੀ, ਫਿਕਸ ਕੀਤਾ। ਕੋਈ ਆਪਾਂ ਇਹ 'ਚ ਕਰੋਸ ਨਹੀਂ ਪਾਇਆ, ਕੋਈ ਬੈਲਟ ਨਹੀਂ ਪਾਈ ਗਈ। ਅਲੱਗ ਤੇਲ ਹੋ ਗਿਆ ਜੀ ਟਰਾਲੀ ਵਾਸਤੇ, ਲੋਡਰ ਵਾਸਤੇ, ਯਾਨੀ ਕਿ ਆਪਣੇ ਗੇਅਰ ਦੇ ਤੇਲ ਦੇ ਵਿੱਚ ਇਹ ਤਾਂ ਕੋਈ ਮਿਕਸ ਨਹੀਂ ਹੁੰਦਾ, ਬ੍ਰੇਕਾਂ ਨਹੀਂ ਖਰਾਬ ਹੁੰਦੀਆਂ, ਉਹਦੇ ਲਈ ਇਹ ਸਪੈਸ਼ਲ ਅੱਡ ਲੱਗ ਗਿਆ। ਅਤੇ ਹੁਣ ਬਾਈ ਜੀ ਨਾਲ ਵੀ ਕਰਾਉਂਦੇ ਹਾਂ ਥੋੜ੍ਹੀ ਗੱਲਬਾਤ। ਹਾਂਜੀ, ਬਾਈ ਜੀ ਦਾ ਟਰੈਕਟਰ ਹੈ, ਅਤੇ ਦੱਸਣਗੇ ਬਾਈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਅਤੇ ਬਾਈ ਜੀ, ਪਹਿਲਾਂ ਆਪਦਾ ਨਾਮ ਅਤੇ ਪਿੰਡ ਦੱਸੋ ਜੀ। ਧੰਨਵਾਦ ਆ ਜੀ ਤੁਹਾਡਾ। ਕੋਈ ਜੁਗਾੜ ਨੀ ਕੀਤਾ ਆਪਾਂ, ਬਹੁਤ ਸੋਹਣੀ ਫਿਟਿੰਗ ਆਈ ਜੀ। ਹਾਂਜੀ, ਬਾਕੀ ਫਿਟਿੰਗ ਤੁਸੀਂ ਦਿਖਾਈ ਦਿੱਤੀ ਪਾ ਕੇ ਵੀਡੀਓ ਜੀ। ਹਾਂਜੀ ਹਾਂਜੀ ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਕੰਮ ਦਾ। ਬਾਈ ਦਾ ਤੁਹਾਡਾ ਵੀ ਧੰਨਵਾਦ ਆ ਜੀ, ਤੁਸੀਂ ਸਾਡੇ ਕੋਲ ਲੈ ਕੇ ਆਏ ਸੀ ਕੰਮ ਹੋ ਗਿਆ। ਅਤੇ ਬਾਈ ਜੀ, ਕੰਮ ਵੀ ਪੂਰਾ ਲੈਂਦੇ ਨੇ ਟਰੈਕਟਰ ਤੋਂ, ਤੁਸੀਂ ਦੇਖ ਸਕਦੇ ਹੋ ਲੋਡਰ ਵੀ ਲੱਗਿਆ, ਟਰਾਲੀ ਵਗੈਰਾ ਅਤੇ ਹੋਰ ਸਾਰੇ ਕੰਮ ਲੈਂਦੇ ਨੇ ਬਾਈ। ਅਤੇ ਫਿਟਿੰਗ ਤੇਲ ਸਪੈਸ਼ਲ ਇਸੇ ਲਈ ਅੱਡ ਕੀਤਾ ਕਿ ਵਾਰੀ ਵਾਰੀ ਬਦਲਣਾ ਨਾ ਪਵੇ। ਅਤੇ ਜਿਹੜਾ ਪੰਪ ਹੈ, ਪੰਪ ਤਾਂ ਦਿਖਦਾ ਹੀ ਨਹੀਂ ਕਿੱਥੇ ਲੱਗ ਗਿਆ ਜੀ ਆਪਣਾ ਹੁਣ। ਹਾਂਜੀ, ਪੰਪ ਪਹਿਲਾਂ ਮੈਂ ਇੱਕ ਹੋਰ ਮੀਟਰ ਕੋਲ ਗਿਆ ਸੀਗਾ ਜੀ। ਅੱਛਾ ਜੀ, ਉਹ ਵਾਲੀ ਪੰਪ ਲੱਗਦਾ ਨਹੀਂ ਗਾ ਜੀ। ਠੀਕ ਆ, ਫਿਰ ਮੈਂ ਤੁਹਾਡੀ ਵੀਡੀਓ ਵੇਖੀ ਸੀ ਯੂਟਿਊਬ ਤੇ। ਹਾਂਜੀ, ਉਦੋਂ ਬਾਅਦ ਤੁਹਾਡੇ ਨਾਲ ਕਨੈਕਟ ਕਰਕੇ। ਹਾਂਜੀ, ਤੇ ਪੰਪ ਦੀ ਫਿਟਿੰਗ ਬਹੁਤ ਵਧੀਆ ਆਈ। ਹਾਂਜੀ ਹਾਂਜੀ, ਬਿਲਕੁਲ ਜੀ, ਧੰਨਵਾਦ ਆ ਤੁਹਾਡਾ। ਤੇ ਪੂਰੀ ਕੋਸ਼ਿਸ਼ ਰਹਿੰਦੀ ਹੈ ਜੀ ਆਪਣੀ, ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੈ। ਤੇ ਜਿਹੜਾ ਯੂਟਿਊਬ ਤੇ ਇੰਸਟਾ ਤੇ ਤੁਹਾਨੂੰ ਜਿਹੜੇ ਸੋਸ਼ਲ ਮੀਡੀਆ ਦੇ ਅਕਾਊਂਟ ਆ ਜਿੰਨੇ ਆਪਣੇ, ਤੁਸੀਂ ਉੱਥੇ ਫੋਲੋ ਕਰ ਲਓ। ਤੇ ਉੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵੀਡੀਓ ਮਿਲੂਗੀ, ਪਾਵਰ ਸਟੀਅਰਿੰਗ ਦੀ, ਲਿਫਟ ਦੇ ਕੰਮ ਦੀ, ਲਿਫਟ ਦੀ ਹਾਈਡ੍ਰੋਲਿਕ ਦੀ ਕਪੈਸਿਟੀ ਵਧਾਉਣੀ ਹੈ, ਅਲੱਗ ਤੋਂ ਆਪਾਂ ਤੇਲ ਲਾਉਣਾ ਜਾਂ ਡਿਸਟਰੀਬਿਊਟਰ ਫਿਟਿੰਗ, ਕੋਈ ਵੀ ਆ, ਤੁਸੀਂ ਫਿਟਿੰਗ ਹੋਊਗੀ ਪੂਰੀ ਸਾਫ਼ ਅਤੇ ਮਤਲਬ ਕਿ ਸ਼ਾਨਦਾਰ ਕੰਮ ਹੋਊਗਾ, ਕੋਈ ਬੇਢੰਗਾ ਜਿਹਾ ਕੰਮ ਨਹੀਂ ਹੋਊਗਾ। ਇਸ ਲਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ, ਕਮੈਂਟ ਦੇ ਵਿੱਚ ਦੱਸਣਾ ਜੀ, ਤੁਸੀਂ ਵੀ ਦੱਸਣਾ ਤੁਹਾਨੂੰ ਕੰਮ ਕਿਵੇਂ ਲੱਗਿਆ। ਵੀਡੀਓ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਕੰਟੈਕਟ ਕਰਕੇ ਸਾਡੇ ਨਾਲ ਕੋਈ ਵੀ ਜਾਣਕਾਰੀ ਹਾਸਲ ਕਰ ਸਕਦੇ ਹਾਂ। ਅਤੇ ਬਾਈ ਜੀ ਪਹੁੰਚੇ ਸੀ, ਉਹਨਾਂ ਦਾ ਧੰਨਵਾਦ ਹੈ ਜੀ। ਤੁਸੀਂ ਵੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਅਤੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।